ਹਰਿਦਰਸ਼ਨ ਮੈਮੋਰੀਅਲ ਟਰੱਸਟ ਕੈਨੇਡਾ ਵੱਲੋਂ ਬੀਤੇ ਦਿਨੀ ਹੋਈ ਇੱਕ ਵਿਸ਼ੇਸ਼ ਸਮਾਗਮ ਦੌਰਾਨ ਗੁਰਮੁਖ ਪਿਆਰੇ ਗੁਰੂ ਦੁਲਾਰੇ ਨਾਮ ਬਾਣੀ ਦੇ ਰਸੀਏ ਖਾਲਸਾ ਪੰਥ ਦੇ ਪਰਚਮ ਨੂੰ ਲਹਿਰਾਉਣ ਵਾਲੇ ਭਾਈ ਸਾਹਿਬ ਭਾਈ ਰਘਵੀਰ ਸਿੰਘ ਜੀ ਜਥੇਦਾਰ ਜੀ ਦੇ ਨਿਮਿਤ ਸ਼ੋਕ ਪੱਤਰ ਪੇਸ਼ ਕੀਤਾ ਗਿਆ। ਭਾਈ ਰਘਵੀਰ ਸਿੰਘ ਜੀ ਅਖੰਡ ਕੀਰਤਨੀ ਜਥਾ UK ਵਾਲੇ 19 ਨਵੰਬਰ 2019 ਨੂੰ ਗੁਰੂਪੁਰੀ ਪਿਆਨਾ ਕਰ ਗਏ ਸਨ। ਉਹਨਾਂ ਆਪਣਾ ਸਮੁੱਚਾ ਜੀਵਨ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਕੀਤਾ, ਬਰਤਾਨੀਆ ਵਿੱਚ ਸਿੱਖਾਂ ਦੀ ਬੁਲੰਦ ਆਵਾਜ਼ ਨੂੰ ਹੋਰ ਬੁਲੰਦ ਕੀਤਾ। ਹਰਿਦਰਸ਼ਨ ਮੈਮੋਰੀਅਲ ਟਰੱਸਟ ਦੇ ਰੂਹੇ ਰਵਾਂ ਗਿਆਨੀ ਜੈਤੇਗ ਸਿੰਘ ਅਨੰਤ ਜੀ ਨੇ ਹਰਿਦਰਸ਼ਨ ਮੈਮੋਰੀਅਲ ਟਰੱਸਟ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਰਘਵੀਰ ਸਿੰਘ ਜੀ ਦੇ ਬੇਮਿਸਾਲ ਜੀਵਨ ਤੇ ਚਾਨਣਾ ਵੀ ਪਾਇਆ। ਇਹ ਜ਼ਰੂਰੀ ਬਣਦਾ ਹੈ ਕਿ ਆਪਣੀ ਸੋਚ ਨੂੰ ਸਮਰਪਿਤ ਉਹ ਸਾਡੇ ਸੰਗੀ ਸਾਥੀ ਜਿਹੜੇ ਖਾਲਸਾ ਪੰਥ ਦੇ ਪਰਚਮ ਨੂੰ ਲਹਿਰਾਂ ਉਹਨਾਂ ਦੀਆਂ ਪਰਚਮ ਨੂੰ ਚਲਾਉਂਦੇ ਨੇ ਦੁਨੀਆ ਭਰ ਦੇ ਵਿੱਚ, ਜਦੋਂ ਉਹ ਸਾਥ ਛੱਡ ਜਾਣ ਅਸੀਂ ਉਹਨਾਂ ਨੂੰ ਯਾਦ ਕਰੀਏ। ਗੁਰਮੁਖ ਪਿਆਰੇ ਗੁਰੂ ਦੁਲਾਰੇ ਨਾਮ ਬਾਣੀ ਦੇ ਰਸੀਏ ਭਾਈ ਰਘਵੀਰ ਸਿੰਘ ਜੀ ਜਥੇਦਾਰ ਅਖੰਡ ਕੀਰਤਨੀ ਜਥਾ UK ਆਪਣੀ ਜੀਵਨ ਯਾਤਰਾ ਸਫਲ ਕਰਦੇ ਹੋਏ 19 ਨਵੰਬਰ 2019 ਨੂੰ ਗੁਰਪੁਰੀ ਪਿਆਨਾ ਕਰ ਗਏ ਹਨ। ਭਾਈ ਸਾਹਿਬ ਜਿੱਥੇ ਨਾਮ ਅਭਿਆਸੀ ਸਨ ਉੱਥੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਸਨ। ਉਹਨਾਂ ਲੰਮਾ ਸਮਾਂ ਪੰਥਕ ਸੇਵਾਵਾਂ ਵਿੱਚ ਗੁਜ਼ਾਰਿਆ। ਉਹ ਬਰਤਾਨੀਆ ਵਿੱਚ ਸਿੱਖਾਂ ਦੇ ਇੱਕ ਬੁਲੰਦ ਆਵਾਜ਼ ਸਨ, ਮਨੁੱਖੀ ਹੱਕਾਂ ਦਾ ਪਹਿਰੇਦਾਰ, ਜਿਨ੍ਹਾਂ ਦਾ ਅੰਤਿਮ ਸੰਸਕਾਰ 30 ਨਵੰਬਰ 2019 ਨੂੰ ਲਮਿੰਗਟਨ ਵਿਖੇ ਕੀਤਾ ਗਿਆ ਹੈ। ਅੱਜ ਮਿਤੀ 2 ਦਸੰਬਰ 2019 ਹਰਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਉਹਨਾਂ ਦੇ ਸਦੀਵੇਂ ਵਿਛੋੜੇ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੋਇਆ ਸੱਚੇ ਪਾਤਸ਼ਾਹ ਅੱਗੇ ਉਹਨਾਂ ਨੂੰ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕਰਦਾ ਹੈ। ਮੈਂ ਦੱਸਣਾ ਚਾਹੁੰਦਾ, ਅਸੀਂ 2012 ਦੇ ਵਿੱਚ ਸਮ੍ਰਿਤੀ ਗ੍ਰੰਥ ਜਦੋਂ ਰਿਲੀਜ਼ ਕੀਤਾ ਸਾਡੇ ਇੰਗਲੈਂਡ ਦੇ ਵਿੱਚ ਬੜੀਆਂ ਥਾਵਾਂ 'ਤੇ ਸਮਾਗਮ, ਸਾਊਥ ਹਾਲ ਦੇ ਵਿੱਚ, ਲੈਸਟਰ ਦੇ ਵਿੱਚ, ਔਰ ਇਸ ਤੋਂ ਇਲਾਵਾ ਦੇ ਜਿਹੜਾ ਹੈ ਜਿਹੜਾ ਮੇਨ ਡਰਬੀ ਹੈ ਉਹਦੇ ਵਿੱਚ ਕੀਤੇ, ਔਰ ਜਿਹਦੇ ਇਹ ਜਿਹੜੀ ਸਮ੍ਰਿਤੀ ਗ੍ਰੰਥ ਨੂੰ ਡਰਬੀ ਦੇ ਸਮਾਗਮ ਵਿੱਚ ਇੱਥੇ ਰਘਵੀਰ ਸਿੰਘ ਉਹਨਾਂ ਨੇ ਰਿਲੀਜ਼ ਕੀਤਾ। ਉਸ ਤੋਂ ਮਗਰੋਂ ਹਰ ਸਾਲ ਸਾਨੂੰ ਜਾਣ ਦਾ ਮੌਕਾ ਮਿਲਦਾ ਸੀ। ਉਹ ਸਾਡੀਆਂ ਜਿੰਨੀਆਂ ਵੀ ਸਾਡੀ ਸੋਚ 'ਤੇ ਆਧਾਰਿਤ ਕਿਤਾਬਾਂ ਸਨ ਉਹਦੇ ਵਿੱਚ ਉਹ ਹਮੇਸ਼ਾ ਸਾਡੇ ਨਾਲ ਖੜ੍ਹਦੇ ਸਨ। ਇਸ ਤੋਂ ਇਲਾਵਾ ਜਦੋਂ ਸਾਡੇ ਫਰਾਂਸ ਦੇ ਵਿੱਚ ਸਮਾਗਮ ਹੋਏ ਉਹਦੇ ਵਿੱਚ ਵੀ ਇਹ ਜਿਹੜੇ ਨੇ ਹਮੇਸ਼ਾ ਸਾਡੇ ਨਾਲ ਹੋਏ। ਪੰਥ ਦੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਦਾ ਜਿਸ ਦਿਨ ਸੰਸਕਾਰ ਹੋਇਆ, ਬਰਤਾਨੀਆ ਦੀਆਂ ਸਾਰੇ ਸ਼ਹਿਰਾਂ ਤੋਂ ਜਿਹੜੀਆਂ ਨੇ ਕੋਚਾਂ ਬੱਸਾਂ ਭਰ ਕੇ ਗਈਆਂ ਸਨ। ਸਾਨੂੰ ਉਹਨਾਂ ਦੇ ਇਸ ਵਿਛੋੜੇ ਦਾ ਦੁੱਖ ਹੈ। ਸਿਰਫ ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਆਓ ਇੱਕ ਮਿੰਟ ਖੜ੍ਹੇ ਹੋ ਕੇ ਨਾਮ ਸਿਮਰਨ ਦੇ ਨਾਲ ਜੁੜੀਏ ਔਰ ਉਹਨਾਂ ਦੀ ਜ਼ਿੰਦਗੀ ਉਹਨਾਂ ਨੂੰ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੀਏ। ਹਾਂਜੀ, ਧੰਨਵਾਦ। ਭਾਈ ਰਘਵੀਰ ਸਿੰਘ ਜੀ ਜਥੇਦਾਰ ਜੋ ਅਖੰਡ ਕੀਰਤਨੀ ਜਥੇ ਦੇ UK ਦੇ ਸੀਗੇ, ਔਰ ਉਹਨਾਂ ਨੇ ਆਪ ਦੱਸਿਆ ਕਿ ਜਿਹੜੀ ਜੇਲ੍ਹ ਚਿੱਠੀਆਂ ਪੁਸਤਕ ਉਹਨਾਂ ਨੇ ਪੜ੍ਹੀ ਸੀ ਜਦੋਂ, ਅਤੇ ਉਸ ਵੇਲੇ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਉਸ ਸੋਚ ਦੇ ਵਿੱਚ ਹੋਰ ਤਰੱਕੀ ਹੋਈ, ਅਤੇ ਉਹਨਾਂ ਨੇ ਕਿਹਾ ਕਿ ਮੇਰਾ ਜਿਹੜਾ ਮੋੜ ਸੀਗਾ ਉਹ ਬਿਲਕੁਲ ਮੈਨੂੰ ਇੱਦਾਂ ਲੱਗਿਆ ਕਿ ਮੈਨੂੰ ਸਹੀ ਡਾਇਰੈਕਸ਼ਨ ਮਿਲ ਗਈ ਹੈ। ਸੋ ਨਾਮ ਬਾਣੀ ਦੇ ਨਾਲ ਜੁੜੇ ਹੋਏ ਸੀ, ਮੈਨੂੰ ਵੀ ਉਹਨਾਂ ਦੀ ਸੰਗਤ ਦਾ ਮੌਕਾ ਮਿਲਿਆ। ਮੈਂ 8 ਸਾਲ ਇੰਗਲੈਂਡ ਦੇ ਵਿੱਚ ਰਿਹਾ ਹਾਂ, ਉਹਨਾਂ ਦੇ ਨਾਲ ਰਿਹਾ ਹਾਂ। ਸੋ ਇੱਕ ਇਹੋ ਜਿਹੀ ਸ਼ਖਸੀਅਤ ਸੀਗੀ ਕਿ ਜਿਹੜੇ ਇੱਕ ਤਾਂ ਹੁੰਦਾ ਹੈ ਵੀ ਭਜਨ ਬੰਦਗੀ ਦੇ ਵਿੱਚ ਰਹਿਣਾ, ਉਹਨਾਂ ਦਾ ਇੱਕ ਨੇਮ ਸੀਗਾ 3 ਘੰਟੇ ਦਾ ਰੋਜ਼ ਦਾ ਰੋਜ਼ਾਨਾ ਉਹਨਾਂ ਦਾ ਸਿਮਰਨ ਸੀ, ਜਿਹੜਾ ਮਹਾਰਾਜ ਦੀ ਕਿਰਪਾ ਨੇ ਉਹਨਾਂ ਨੇ ਕਦੇ ਛੱਡਿਆ ਨਹੀਂ ਸੀ। 12 ਵਜੇ ਉੱਠਦੇ ਸੀਗੇ, ਇਕੱਲੇ ਉਹੀ ਨਹੀਂ, 2-4 ਸਿੰਘ ਉਹਨਾਂ ਦੇ ਨਾਲ ਹੋਰ ਸੀਗੇ, ਉਹਨਾਂ ਨੇ 3 ਘੰਟੇ ਜੁੜ ਕੇ ਬੈਠਣਾ। ਫਿਰ ਸਾਨੂੰ ਜਦੋਂ ਮੌਕਾ ਮਿਲਦਾ ਸੀ, ਜਿੱਦਾਂ ਗੁਰਮਤਿ ਕੈਂਪ ਲੱਗਦੇ ਸੀਗੇ, ਖਾਲਸਾ ਕੈਂਪ ਸੀ, ਜਾਂ ਕਿਤੇ ਕੋਈ ਸਮਾਗਮ ਹੁੰਦਾ ਸੀ, ਇਕੱਠੇ ਹੁੰਦੇ ਸੀਗੇ। ਉਸ ਸਮੇਂ ਜਿਹੜੀ ਉਹਨਾਂ ਦੀ ਗੱਲਬਾਤ ਦਾ ਢੰਗ ਸੀਗਾ, ਉਸ ਸਮੇਂ ਜਿਹੜਾ ਉਹਨਾਂ ਦਾ ਵਿਚਰਨ ਦਾ ਢੰਗ ਸੀਗਾ, ਉਹ ਵਾਕਿਆ ਹੀ ਦੂਜਿਆਂ ਦੇ ਮਨਾਂ ਦੇ ਵਿੱਚ ਸਤਿਕਾਰ ਪੈਦਾ ਕਰਦਾ ਸੀ। ਹਰ ਇੱਕ ਬੰਦਾ ਜਿਹੜਾ ਸੀ ਉਹ ਹੈਂ ਨਹੀਂ ਸੀ ਕਰਦਾ, ਹਿੰਮਤ ਨਹੀਂ ਸੀ ਕਰਦਾ ਕਿ ਉਹਨਾਂ ਨਾਲ ਜਾ ਕੇ ਗੱਲ ਕਰ ਲਈਏ। ਮਤਲਬ ਉਹਨਾਂ ਦੇ ਅੰਦਰ ਜਿਹੜੀ ਨਾਮ ਦੀ ਜਾਂ ਬਾਣੀ ਦੀ ਮਹਿਕ ਸੀਗੀ ਉਹ ਇੰਨੀ ਪ੍ਰਭਾਵਸ਼ਾਲੀ ਸੀਗੀ ਕਿ ਸਾਡੇ ਵਰਗਾ ਬੰਦਾ ਵੀ ਸੋਚਦਾ ਸੀਗਾ ਵੀ ਅਸੀਂ ਆਹ ਗੱਲ ਕਹਿਣੀ ਆ ਜਥੇਦਾਰ ਜੀ ਹੋਣਾ ਨੂੰ ਕਹੀ। ਸੋ ਜੋ ਇੱਕ ਜਥੇਦਾਰ ਦੇ ਗੁਣ ਹੋਣੇ ਚਾਹੀਦੇ ਸੀਗੇ ਉਹਨਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਭਰੇ ਹੋਏ ਸੀਗੇ। ਵਧੀਆ ਢੰਗ ਦੇ ਨਾਲ
ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਕਿ ਕਿਤੇ ਵੀ ਜਦੋਂ ਅਸੀਂ ਜਾਂਦੇ ਹਾਂ ਅਤੇ ਇੱਕ ਜਿਹੜਾ ਹੈਗਾ ਜਨਰੇਸ਼ਨ ਗੈਪ ਪੈਂਦਾ, ਜਿਹੜਾ ਯੂਥ ਆ ਅਤੇ ਥੋੜ੍ਹੇ ਸਿਆਣੇ ਬੰਦੇ ਆ ਇਹਨਾਂ ਦੇ ਵਿੱਚ ਕਿਤੇ ਕਿਤੇ ਸੋਚ ਪ੍ਰਤੀ ਜਾਂ ਇਹਨਾਂ ਦੇ ਜੋਸ਼ ਪ੍ਰਤੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ। ਹਰ ਇੱਕ ਜਗ੍ਹਾ ਹਰ ਇੱਕ ਸੰਸਥਾ ਦੇ ਵਿੱਚ ਹੈਗਾ। ਅਤੇ ਜਥੇਦਾਰ ਹੋਣਾ ਦੀ ਇਹ ਖੂਬੀ ਸੀਗੀ ਕਿ ਜਿੰਨਾ ਉਹਨਾਂ ਨੂੰ ਉਹਨਾਂ ਦੀ ਉਮਰ ਦੇ ਪਿਆਰ ਕਰਦੇ ਸੀ, ਸਤਿਕਾਰ ਕਰਦੇ ਸੀ, ਉਹ ਤੋਂ ਕਿਤੇ ਵੱਧ ਯੂਥ ਉਹਨਾਂ ਦਾ ਸਤਿਕਾਰ, ਜਿਹੜੇ ਨੌਜਵਾਨ ਸੀਗੇ ਨਾ ਉਹਨਾਂ ਦਾ ਸਤਿਕਾਰ ਕਰਦੇ ਸੀ ਅਤੇ ਉਹਨਾਂ ਦਾ ਪਿਆਰ ਕਰਦੇ ਸੀ। ਸੋ ਮੈਂ ਜਿਹੜੇ ਉਹਨਾਂ ਦੇ ਨਾਲ ਦਿਨ ਬਿਤਾਏ ਹੋਏ ਹੈਗੇ ਆ ਉਹਨਾਂ ਨੂੰ ਯਾਦ ਕਰਦਾ। ਮੈਂ ਜਾਣਾ ਚਾਹੁੰਦਾ ਸੀ, ਸਾਡੇ ਰਿਲੀਜੀਅਸ ਫੇਅਰ ਸੀਗਾ ਸਕੂਲ ਦੇ ਵਿੱਚ ਉਸ ਵੇਲੇ ਅਤੇ ਉਹਨਾਂ ਦੇ ਫਿਰ ਉੱਤੇ ਅਤੇ ਮੈਂ ਹਾਜ਼ਰੀ ਨਹੀਂ ਲਵਾ ਸਕਿਆ, ਪਰ ਅੰਦਰੋਂ ਉਹਨਾਂ ਦੇ ਨਾਲ ਕਾਫੀ ਸੰਬੰਧ ਸੀਗੇ, ਉਹਨਾਂ ਦੇ ਨਾਲ ਵਿਚਰੇ ਹਾਂ, ਸੇਵਾਵਾਂ ਵੀ ਉਹਨਾਂ ਦੇ ਨਾਲ ਥੋੜ੍ਹੀਆਂ ਬਹੁਤੀਆਂ ਜਿੰਨੀਆਂ ਸੱਚੇ ਪਾਤਸ਼ਾਹ ਨੇ ਕੀਆਂ ਕਰਵਾਈਆਂ ਕੀਤੀਆਂ ਸੀਗੀਆਂ। ਸੋ ਆਪਣੇ ਵੱਲੋਂ ਮੈਂ ਇਹ ਸੋਚਦਾ ਹਾਂ ਕਿ ਉਹ ਜਥੇਦਾਰੀ ਦੇ ਇਹੋ ਜਿਹੇ ਵਿਅਕਤੀ ਜਿਹੜੇ ਸੀਗੇ ਜਥੇਦਾਰੀ ਦੇ ਲਾਇਕ ਸੀਗੇ। ਕਿਉਂ? ਕਿਉਂਕਿ ਉਹ ਜਦੋਂ ਵਿਚਰੇ ਆ ਇੰਡੀਆ ਦੇ ਵਿੱਚ ਉੱਥੇ ਵੀ ਉਹਨਾਂ ਨੇ ਉਹ ਸੇਵਾਵਾਂ ਕੀਤੀਆਂ ਜਿਹੜੀਆਂ ਇੱਕ ਗੁਰਸਿੱਖ ਨੂੰ ਬਣਦੀਆਂ ਸੀ, ਹਾਲਾਤ ਨੂੰ ਜਿੱਦਾਂ ਦੇ ਮਰਜ਼ੀ ਸੀ। ਜਦੋਂ ਇੱਥੇ ਆ ਗਏ ਇੱਥੇ ਵੀ ਉਹਨਾਂ ਨੇ ਪ੍ਰਚਾਰ ਪ੍ਰਤੀਕ ਸਾਰਾ ਯੂਰਪ ਜਿਹੜਾ ਘੁੰਮਿਆ ਔਰ ਜਾ ਕੇ ਅੰਮ੍ਰਿਤ ਸੰਚਾਰ ਕੀਤੇ ਆ। ਅਤੇ ਉਹਨਾਂ ਦੀ ਜਿਹੜੀ ਗੱਲਬਾਤ ਸੀਗੀ, ਉਹਨਾਂ ਦੀ ਬੈਠਣੀ ਉੱਠਣੀ ਸੀ, ਉਹਨਾਂ ਦੀ ਜਿਹੜੀ ਰਹਿਣੀ ਸਹਿਣੀ ਸੀ, ਉਹ ਇੱਕ ਪ੍ਰਚਾਰ ਹੀ ਬਣ ਗਈ ਸੀ। ਸੋ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਆ ਮੇਰੇ ਵੱਲੋਂ ਵੀ, ਅਤੇ ਸੱਚੇ ਪਾਤਸ਼ਾਹ ਇਹੋ ਜਿਹੇ ਗੁਰਸਿੱਖਾਂ ਨੂੰ ਹੋਰ ਸਾਡੇ ਵਿੱਚ ਪੈਦਾ ਕਰਨ, ਜਿਹੜੇ ਪ੍ਰਚਾਰ ਨੂੰ, ਸਿੱਖੀ ਪ੍ਰਚਾਰ ਨੂੰ ਅੱਗੇ ਲੈ ਕੇ